ਉਹਨੂੰ ਪਾਣੀ ਨਹੀਂ ਸੀ ਪਤਾ ਲੱਭਦਾ, ਉਹ ਪਾਗਲ ਹੋ ਗਿਆ ਸੀ, ਪਿਆਸ ਨਾਲ ਪਾਗਲ ਹੋ ਗਿਆ ਜੀ, ਪਿਆਸ ਨਾਲ ਪਾਗਲ ਹੋ ਗਿਆ ਸੀ। ਇਹ ਕਦੀ ਕਿਸੇ ਨੂੰ ਪੱਥਰ ਮਾਰ, ਕਦੀ ਕਿਸੇ ਨੂੰ, ਮੈਂ ਕਮਰੇ 'ਚ ਬਹਿ ਜਾਂ ਤਾਂ ਮੇਰੀ ਮੌਤ ਨਾ ਆਵੇ, ਜਦੋਂ ਮੌਤ ਹੋਣੀ ਹੈ ਤਾਂ ਫਿਰ ਹੋਣੀ ਹੈ ਭਾਵੇਂ ਜਿਸ ਤਰੀਕੇ ਨਾਲ ਦਿਲ ਲਾਵੇ। ਡੰਕੀ ਲਾ ਕੇ ਆਇਓ ਇੱਥੇ ਕਿ ਵੀਜ਼ਾ ਲੈ ਕੇ ਆਇਓ? ਨਾ ਕੋਈ ਆਵੀ ਨਾ ਕੋਈ ਜਾਵੀ। ਨਹੀਂ ਉਹ ਵੈਰ ਜਿਹਾ ਸੀ ਨਾ, ਵੈਰ ਹੈ ਆਪਣਾ, ਅਤੇ ਉਸ ਵਜ੍ਹਾ 'ਚ ਪਾਪਾ ਆਖਿਆ ਵੀ ਜਿਹੜਾ ਨਹੀਂ, ਅਸੀਂ 100 ਬੰਦਾ ਮਾਰ ਲਈਏ, 50 ਬੰਦੇ ਮਾਰ ਲਈਏ, ਇੱਕ ਦਿਨ ਅਸੀਂ ਵੀ ਤਾਂ ਮਰਨਾ ਹੀ ਹੈ ਨਾ, ਅਤੇ ਮਰਨਾ ਅਤੇ ਉਹ ਬੰਦੇ ਮਾਰਨੇ ਤਾਂ ਬੜੀ ਦੂਰ ਦੀ ਗੱਲ, ਜਿਹੜੀ ਕੀੜੀ ਸਾਡੇ ਪੈਰ ਥੱਲੇ ਆ ਜਾਣੀ ਉਹਦਾ ਵੀ ਤਾਂ ਹਿਸਾਬ ਦੇਣਾ, ਉਹ ਕੌਣ ਦੇਗਾ? ਬਿਸਮਿਲ੍ਲਾ ਰਹਿਮਾਨ ਰਹੀਮ। ਨਾਜ਼ਰੀਨ, ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ, ਔਰ ਤੁਸੀਂ ਵੇਖ ਰਹੇ ਹੋ ਆਪਣਾ ABHD TV। ਮੈਂ ਇੱਕ ਹੋਰ ਡੰਕੀ ਵਾਲੇ ਜਵਾਨ ਨਾਲ, ਬਿਲਕੁਲ ਇਹ ਬੱਚਾ ਹੈ, ਇਹਦੀ ਕ੍ਰਿਕਟ ਖੇਡਣ ਦੀ ਉਮਰ ਹੈ, ਔਰ ਇਹ ਇੱਥੇ ਤੁਰਕੀ ਆ ਕੇ ਬੈਠਾ ਹੋਇਆ ਜੀ, ਔਰ ਮਤਲਬ ਇਹ ਵੀ ਬਾਰਡਰ ਪਾਰ ਕਰਨਾ ਚਾਹੁੰਦਾ ਹੈ, ਔਰ ਇਹ ਕਿਸ ਤਰ੍ਹਾਂ ਆ ਗਿਆ ਇੱਥੇ? ਮੈਂ ਹੁਣ ਆਪਣੇ ਹੋਟਲ 'ਤੇ ਆ ਗਿਆ, ਲੇਕਿਨ ਚੁੱਕੇ ਇਹਨਾਂ ਨੂੰ ਮੈਂ ਉੱਥੋਂ ਲੈ ਆਇਆ। ਇੱਥੇ ਬੜੇ ਇਹਨਾਂ ਵਿਚਾਰਿਆਂ ਵਾਸਤੇ ਮਸਲੇ ਨੇ, ਕਿਉਂਕਿ ਬਾਹਰ ਇਕੱਠੇ ਫਿਰ ਵੀ ਨਹੀਂ ਸਕਦੇ, ਇੱਕ ਇੱਕ ਬੰਦਾ ਕਰਕੇ ਫਿਰਦਾ, ਇੱਕ ਤਾਂ ਅਗਰ ਫੜੇ ਜਾਈਏ ਤਾਂ ਸਾਰੇ ਇਕੱਠੇ ਨਾ ਫੜੇ ਜਾਈਏ, ਅਤੇ ਦੂਸਰਾ ਇਹ ਵੇ ਕਿ ਮੈਂ ਆਪਣੇ ਹੋਟਲ 'ਤੇ ਇਹਨਾਂ ਨੂੰ ਲੈ ਆਇਆ ਵਾਂ, ਤਾਂ ਕਿ ਕਮਰਾ ਮੇਰਾ ਉੱਪਰ ਹੈ, ਲੇਕਿਨ ਮੈਂ ਸੋਚਿਆ ਕਿ ਇੱਥੇ ਥੱਲੇ ਬੈਠ ਕੇ ਜਿਹੜਾ ਮਤਲਬ ਵਿਊ ਅੱਛਾ ਹੈ, ਮੈਂ ਇੱਥੇ ਇਹਨਾਂ ਨਾਲ ਗੱਲ ਕਰ ਲਵਾਂ। ਔਰ ਵੀਡੀਓ ਕਰਨ ਦਾ ਮੇਰਾ ਮਕਸਦ ਇਹ ਵੇ ਕਿ ਜਿਹੜੇ ਸਾਡੇ ਨੌਜਵਾਨ ਜਿਹੜੇ ਬੱਚੇ ਇੱਥੇ ਆਉਣਾ ਚਾਹੁੰਦੇ ਨੇ, ਕਿਉਂਕਿ ਇਹਨਾਂ ਨੂੰ ਅਕਲ ਨਹੀਂ, ਇਹਨਾਂ ਦੀ ਉਮਰ ਨਹੀਂ, ਇਹਨਾਂ ਨੂੰ ਨਹੀਂ ਪਤਾ ਅਸੀਂ ਕੀ ਕਰ ਰਹੇ ਹਾਂ, ਔਰ ਕਿੰਨਾ ਖਤਰਨਾਕ ਖੇਡ ਜਿਹੜਾ ਅਸੀਂ ਖੇਡ ਰਹੇ ਹਾਂ। ਖੈਰ ਇਹਨਾਂ ਨੂੰ ਤਾਂ ਕੋਈ ਡਰ ਖੌਫ ਨਹੀਂ ਮੰਨਦੇ ਲੱਗ ਰਹੇ ਆ, ਲੇਕਿਨ ਮੈਨੂੰ ਇਹ ਕਦੀ ਹੱਥੋਂ ਵੀ ਪੈਸੇ ਦੇਣ 10 ਲੱਖ ਅਤੇ ਕਹਿਣ ਮਤਲਬ ਨਹਿਰ ਪਾਰ ਕਰਨੀ, ਤਾਂ ਮੈਂ ਤਾਂ ਕਦੀ ਵੀ ਨਹੀਂ ਕਰਾਂਗਾ। ਅਤੇ ਇਹਨਾਂ ਨਾਲ ਗੱਲ ਕਰਨੇ ਆ, ਸਾਹਿਬ ਵੀ ਜਿਹੜੇ ਨੇ ਇਹ ਵੀ ਨਹਿਰ ਪਾਰ ਕਰਨੀ ਚਾਹੁੰਦੇ ਨੇ, ਪਤਾ ਨਹੀਂ ਕਰ ਵੀ ਚੁੱਕੇ ਨੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਅਤੇ ਕੀ ਹਾਲ ਹੈ ਜਨਾਬ ਤੁਹਾਡਾ? ਠੀਕ ਠਾਕ, ਅੱਲਾ ਪਾਕ ਦਾ ਸ਼ੁਕਰ। ਅਤੇ ਕੀ ਨਾਂ ਜੇ? ਮੁਹੰਮਦ ਅਹਿਸਨ। ਵਾਹ ਅਹਿਸਨ ਸਾਹਿਬ, ਅਤੇ ਕਿਹੜਾ ਜ਼ਿਲ੍ਹਾ ਡਿਸਟ੍ਰਿਕਟ ਹੈ ਤੁਹਾਡਾ? ਸਾਡਾ ਪੜਿਆਂ ਦੀ। ਗੁਜਰਾਤ ਦੇ ਹੋ? ਜੀ। ਵਾਹ ਵਾਹ, ਗੁਜਰਾਤ ਦਾ ਬੰਦਾ ਹਰ ਥਾਂ 'ਤੇ ਪਾਇਆ ਜਾਂਦਾ, ਮਤਲਬ ਚੰਦ 'ਤੇ ਟੁਰ ਜਾਓ ਉੱਥੇ ਵੀ ਗੁਜਰਾਤ ਦਾ ਬੰਦਾ ਨਿਕਲ ਆਉਂਦਾ। ਜੀ। ਅਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਤੁਰਕੀ ਬੈਠੇ ਹਾਂ? ਮੈਨੂੰ 1.5 ਸਾਲ ਤੋਂ ਉੱਤੇ ਹੀ ਹੋ ਗਏ। 1.5 ਸਾਲ ਤੋਂ ਉੱਤੇ ਹੋ ਗਏ ਜੀ। ਅਤੇ ਡੰਕੀ ਲਾ ਕੇ ਆਇਓ ਇੱਥੇ ਕਿ ਵੀਜ਼ਾ ਲੈ ਕੇ ਆਇਓ? ਨਹੀਂ ਨਹੀਂ, ਡੰਕੀ ਲਾ ਕੇ ਆਏ ਹਾਂ। ਡੰਕੀ ਲਾ ਕੇ? ਜੀ। ਅਤੇ ਕਿੰਨੇ ਡੰਕੀ ਦਾ ਮਸ਼ਵਰਾ ਦਿੱਤਾ ਸੀ, ਕਿਸ ਤਰ੍ਹਾਂ ਖਿਆਲ ਆਇਆ? ਜੀ ਬਸ ਪਾਪਾ ਨੇ ਆਖਿਆ ਜੀ। ਪਾਪਾ ਨੇ ਆਖਿਆ? ਜੀ। ਨਹੀਂ ਤੁਸੀਂ ਜ਼ਬਰਦਸਤੀ ਪਾਪਾ ਨੂੰ ਮਨਾਇਆ ਕਿ ਪਾਪਾ ਨੇ ਮਤਲਬ ਤੁਹਾਨੂੰ ਆਖਿਆ ਕਿ ਜਾ ਪੁੱਤਰ ਰਾਵੀ, ਨਾ ਕੋਈ ਆਵੀ ਨਾ ਕੋਈ ਜਾਵੀ? ਨਹੀਂ ਉਹ ਵੈਰ ਜਿਹਾ ਸੀ ਨਾ, ਵੈਰ ਹੈ ਆਪਣਾ, ਅਤੇ ਉਸ ਵਜ੍ਹਾ 'ਚ ਪਾਪਾ ਆਖਿਆ ਵੀ ਜਿਹੜਾ ਨਹੀਂ ਇੱਥੇ ਰਹਿਣਾ ਠੀਕ ਨਹੀਂ ਹੈ। ਓਹੋ ਨਾਜ਼ਰੀਨ, ਇਹ ਵੀ ਇੱਕ ਬੜਾ ਵੱਡਾ ਪ੍ਰੋਬਲਮ ਹੈ। ਅਸੀਂ ਇਨਸਾਨ ਹੋ ਕੇ ਇੱਕ ਦੂਸਰੇ ਨਾਲ ਲੜਨੇ ਹਾਂ, ਔਰ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਹੋ ਜਾਂਦੇ ਹਾਂ, ਅਤੇ ਅਗਰ ਅਸੀਂ ਕੁਛ ਐਸਾ ਕਰ ਪੈਂਦੇ ਹਾਂ ਤਾਂ ਇੱਕ ਦਿਨ ਅਸੀਂ ਵੀ ਤਾਂ ਮਾਰੀ ਜਾਣਾ ਹੈ। ਅਸੀਂ 100 ਬੰਦਾ ਮਾਰ ਲਈਏ, 50 ਬੰਦੇ ਮਾਰ ਲਈਏ, ਇੱਕ ਦਿਨ ਅਸੀਂ ਵੀ ਤਾਂ ਮਰਨਾ ਹੀ ਹੈ ਨਾ, ਅਤੇ ਮਰਨਾ ਅਤੇ ਉਹ ਬੰਦੇ ਮਾਰਨੇ ਤਾਂ ਬੜੀ ਦੂਰ ਦੀ ਗੱਲ, ਜਿਹੜੀ ਕੀੜੀ ਸਾਡੇ ਪੈਰ ਥੱਲੇ ਆ ਜਾਣੀ ਉਹਦਾ ਵੀ ਤਾਂ ਹਿਸਾਬ ਦੇਣਾ, ਉਹ ਕੌਣ ਦੇਗਾ? ਅਸੀਂ ਇਸ ਗੱਲ ਨੂੰ ਕਿਉਂ ਨਹੀਂ ਸੋਚਦੇ ਕਿ ਜਾਨ ਤਾਂ ਸਾਡੀ ਵੀ ਜਾ ਸਕਦੀ ਹੈ, ਕਿਸੇ ਨੂੰ ਮਾਰਨ ਗਿਆ ਬੰਦਾ ਆਪ ਵੀ ਤਾਂ ਮਰ ਸਕਦਾ ਹੈ। ਖੈਰ ਜੀ, ਇਹ ਬੱਚਾ ਜਿਹੜਾ ਇਹ ਵੈਰ ਦਾ ਬਕੌਲ ਦੇ ਉਹਦਾ ਵੈਰ ਦਾ ਸ਼ਿਕਾਰ ਹੋ ਕੇ ਜਨਾਬ ਅਤੇ ਇਹ ਇੱਥੇ ਮਤਲਬ, ਅਤੇ ਤੁਸੀਂ ਇਹ ਫਿਰ 1.5 ਸਾਲ ਤੋਂ ਇੱਥੇ ਹੀ ਬੈਠੇ ਹੋ ਜਾਂ ਅੱਗੇ ਵੀ ਗਏ ਹੋ? ਅੱਗੇ ਗਏ ਹਾਂ, 3-4 ਵਾਰੀ ਫੜੀ ਕੇ ਆ ਗਏ ਹਾਂ। ਕਿਸਮਤ 3-4 ਵਾਰੀ ਫੜੀ ਗਏ ਜੀ, ਕਿਸਮਤ 'ਚ ਨਹੀਂ ਆਈ ਹੈ ਜਾਣਾ ਅੱਗੇ।
ਪੁੱਤਰ ਕਿਸਮਤ ਤੁਸੀਂ ਪੁੱਠੀ ਪੈਨਸਲ ਨਾਲ ਲਿਖ ਰਹੇ ਹੋ ਤੇ ਕਿਵੇਂ ਕਿਸਮਤ ਠੀਕ ਹੋਵੇ ਤੁਹਾਡੇ ਵੇਖੋ ਫਿਰ ਹੁਣ ਜਿਵੇਂ ਅੱਲਾ ਦਾ ਹੁਕਮ ਹੋਣਾ ਤੇ ਫਿਰ ਉਂਝ ਹੀ ਹੁੰਦਾ ਨਹੀਂ ਅੱਲਾ ਦਾ ਤੇ ਹੁਕਮ ਅੱਲਾ ਤੇ ਬੜਾ ਰਹੀਮ ਤੇ ਕਰੀਮ ਹੈ ਅੱਲਾ ਦਾ ਤੇ ਹੁਕਮ ਇਹ ਵੇ ਕਿ ਉਹ ਪੜ੍ਹਦੇ ਨਹੀਂ ਉਹ ਸੂਰਤ ਫਾਤਿਹਾ ਬਿਸਮਿਲ੍ਲਾ ਰਹਿਮਾਨ ਰਹੀਮ ਅਲਹਮਦੁਲਿਲਾ ਰੱਬੁਲ ਆਲਮੀਨ ਰਹਿਮਾਨ ਰਹੀਮ ਮਾਲਿਕ ਯੋਮਿਦੀਨ ਈ ਯਾ ਕਾਨਾ ਬੁਧੂ ਈ ਯਾ ਕਾਨਾ ਸਤਾਈਨ ਇਸ ਦਿਨ ਸਿਰਾਤ ਅਲ ਮੁਸਤਕੀਮ ਤੋ ਉਹ ਕਿਹੜਾ ਰਸਤਾ ਹੈ ਜਿਹੜਾ ਸਿਰਾਤ ਮੁਸਤਕੀਮ ਦਾ ਰਸਤਾ ਉਹ ਕਿਹੜਾ ਰਸਤਾ ਹੈ ਉਹੀ ਰਸਤਾ ਨਾ ਅੱਲਾਹ ਤਾਲਾ ਤੇ ਉਹ ਕਹਿ ਰਹੇ ਹੈ ਕਿ ਸਿੱਧੇ ਰਸਤੇ ਜਾਓ ਵੇਖੋ ਹੁਣ ਸਿੱਧੇ ਰਸਤੇ ਟਰਾਈ ਕੀਤਾ ਸੀ ਵੀਜ਼ਾ ਸ਼ੀਜ਼ਾ ਟਰਾਈ ਕੀਤਾ ਸੀ ਬਈ ਉਹ ਸਾਡੂ ਜਾਵੇ ਫਿਰ ਉਹਨਾਂ ਆਖਿਆ ਤੇਰੀ ਉਮਰ ਹੀ ਛੋਟੀ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੁਣ ਇਸ ਟਾਈਮ 15 ਸਾਲ ਉਮਰ 15 ਸਾਲ ਜੀ ਅਤੇ ਕਦੀ ਪਿੱਛੇ ਘਰ ਦਾ ਚੇਤਾ ਨਹੀਂ ਆਇਆ ਯਾਦ ਨਹੀਂ ਆਇਆ ਘਰ ਹੁੰਦਾ ਵੀ ਹੁਣ ਮੁਸਤਕਬਿਲ ਆਪਣਾ ਸਹੀ ਕਰਨ ਵਾਸਤੇ ਕੁਛ ਦੇਰ ਫਿਰ ਕੱਢਣਾ ਪੈਣਾ ਕੁਛ ਦੇਰ ਪਰਦੇਸ ਵਿੱਚ ਹੀ ਰਹਿਣਾ ਪੈਣਾ ਨਹੀਂ ਤਾਂ ਮੁਸਤਕਬਿਲ ਤੁਹਾਡਾ ਅੱਗੇ ਵੀ ਮਤਲਬ ਕਿਹੜਾ ਉਹਨੂੰ ਪਿੱਤ ਨਿਕਲੀ ਸੀ ਮੁਸਤਕਬਿਲ ਨੂੰ ਤੁਸੀਂ ਅੱਲਾ ਦੇ ਉਹ ਬੰਦੇ ਹੋ ਚਲੋ ਵੈਰ ਸੀ ਅਤੇ ਕੋਈ ਹੋਰ ਜ਼ਰੀਆ ਮਤਲਬ ਦੁਬਈ ਤੁਸੀਂ ਵੀਜ਼ਾ ਲੈ ਕੇ ਚਲੇ ਜਾਓ ਉੱਥੇ ਸੈੱਟ ਹੋ ਜਾਓ ਦੇਖੋ ਜ਼ਿੰਦਗੀ ਤਾਂ ਨਹੀਂ ਨਾ ਮਿਲਦੀ ਅਰਬਾਂ ਰੁਪਈਆ ਤੁਸੀਂ ਕਮਾ ਲਓ ਜ਼ਿੰਦਗੀ ਤਾਂ ਨਹੀਂ ਮਿਲਦੀ ਅਗਰ ਤੁਹਾਡੇ ਨਾਲ ਕੋਈ ਮਸਲਾ ਹੋ ਜਾਏ ਇਹ 3-4 ਵਾਰੀ ਗਏ ਹੋ ਅਤੇ ਕੋਈ ਕੁੱਟ ਛੁੱਟ ਨਹੀਂ ਪਈ ਤੁਹਾਨੂੰ ਨਾ ਖਿੱਚਿਆ ਤੁਰਿਆ ਨਹੀਂ ਨਹੀਂ ਕੁੱਟ ਛੁੱਟ ਅੱਲਾ ਦਾ ਸ਼ੁਕਰ ਹੈ ਨਹੀਂ ਪਈ ਪਰ ਇੰਜੇ ਨੰਗੀਆਂ ਸ਼ੰਗੇ ਕਰਕੇ ਕਲਦੇ ਨੇ ਨੰਗੀਆਂ ਕਰਕੇ ਕਲਦੇ ਜੀ ਤੇ ਤੁਸੀਂ ਫਿਰ ਅਗਲੀ ਵਾਰੀ ਕੱਪੜੇ ਪਾ ਕੇ ਚਲੇ ਜਾਂਦੇ ਹੋ ਐਡੇ ਸ਼ਰਮ ਹੁਣ ਜਾਣਾ ਤਾਂ ਆਈਏ ਫਿਰ ਕੀ ਕਰੀਏ ਕਿੰਨੀ ਵਾਰੀ ਨੰਗੀਆਂ ਕਰਕੇ ਭੇਜਿਆ ਨੇ ਮੈਂ ਤੇ ਨੰਗਾ ਇੰਝ ਹਰਕਦੀ ਨਹੀਂ ਆਇਆ ਪੈਂਟ ਸ਼ੈਂਟ ਪਾ ਕੇ ਆਈਦਾ ਸ਼ਰਟ ਇੱਕ 2 ਵਾਰ ਲਵਾਈ ਨੇ ਬਸ ਅੱਛਾ ਸ਼ਰਟ ਦੇ ਬੂਟ ਲਵਾ ਲੈਂਦੇ ਨੇ ਬਸ ਨਹੀਂ ਤੇ ਅੱਛਾ ਮੈਂ ਇੱਥੇ ਵੇਖਿਆ ਹੈ ਕਿ ਤੁਹਾਡੀ ਉਮਰ ਦੇ ਮੁੰਡੇ ਬਹੁਤ ਜ਼ਿਆਦਾ ਨੇ ਅਤੇ ਤੁਹਾਨੂੰ ਕੀ ਮਤਲਬ ਉਹ ਬੱਚੇ ਵੇਖ ਕੇ ਕੋਈ ਤੁਹਾਨੂੰ ਰਿਆਇਤ ਮਿਲ ਜਾਂਦੀ ਕੋਈ ਹੈ ਇੰਝ ਦੀ ਗੱਲ ਕਿ ਉਹ ਜਾਂ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਨਹੀਂ ਬੱਚੇ ਵੇਖ ਕੇ ਫਿਰ ਆਪਣੇ ਆਪ ਨੂੰ ਵੀ ਸਕੂਨ ਲੱਗਦਾ ਸਾਡੇ ਨਾਲ ਵੀ ਨਿੱਕੇ ਆਏ ਨੇ ਵੀ ਟੈਨਸ਼ਨ ਨਹੀਂ ਹੈ ਸਾਡੇ ਨਾਲ ਵੀ ਨਿੱਕੇ ਆਏ ਨੇ ਉਹਨਾਂ ਵੀ ਅੱਗੇ ਹੀ ਜਾਣਾ ਅਸਾਂ ਵੀ ਅੱਗੇ ਹੀ ਜਾਣਾ ਅੱਛਾ ਨਹੀਂ ਜਦੋਂ ਤੁਸੀਂ ਫੜੇ ਜਾਂਦੇ ਹੋ ਮਤਲਬ ਤੇਰੀ ਉਮਰ 15 ਸਾਲ ਹੈ ਇੱਕ ਨਾਲ 25 ਸਾਲ ਦਾ ਤੁਹਾਡੇ ਦੋਵਾਂ ਨਾਲ ਇੱਕੋ ਜਿਹਾ ਵਰਤਾਓ ਹੁੰਦਾ ਜਾਂ ਤੁਹਾਡੇ ਨਾਲ ਰਿਆਇਤ ਹੋ ਜਾਂਦੀ ਹੈ ਕਿ ਯਾਰ ਬੱਚੇ ਨੇ ਤੇ 25 ਸਾਲ ਵਾਲੇ ਨੂੰ ਡੰਡੇ ਮਾਰਦੇ ਨੇ ਨਹੀਂ ਇਹ ਯਾਰ ਨਹੀਂ ਮਾਰਦੇ ਫਿਰ ਉਹਨਾਂ ਤੁਰਕੀ ਵਾਲੀ ਸਾਈਡ 'ਤੇ ਆ ਕੇ ਜਿਹੜਾ ਨਹੀਂ ਉਹ ਫਿਰ ਪੁੱਛਦੇ ਨੇ ਪਾਕਿਸਤਾਨੀ ਹੋ ਕੌਣ ਹੋ ਉਹ ਫਿਰ ਇੱਕ ਅੱਧੀ ਵਾਰੀ ਮੈਂ ਸੂਰੀ ਆ ਕੇ ਸੂਰੀ 'ਚ ਬਹਿ ਗਿਆ ਪਾਕਿਸਤਾਨੀ ਨੂੰ ਕਿਉਂਕਿ 1-2 ਵਾਰੀ ਮਾਰਿਆ ਸਨ ਇਹਨਾਂ ਮਾਰ ਦਿੰਦੇ ਉਹਨਾਂ ਤੁਰਕੀ ਵਾਲੀ ਸਾਈਡ 'ਤੇ ਪਾਕਿਸਤਾਨੀ ਨੂੰ ਅਤੇ ਅਫਗਾਨੀਆਂ ਨੂੰ ਅਤੇ ਉਸ ਵਕਤ ਮੈਂ ਉੱਥੇ ਸੂਰੀਆਂ 'ਚ ਬਹਿ ਗਿਆ ਸਾਂ ਅੱਛਾ ਅਤੇ ਪੱਕ ਅੱਛਾ ਜਿਹੜੇ ਮਤਲਬ ਜਿਹੜੇ ਜਿਹੜੇ ਮੁਲਕਾਂ ਦੇ ਲੋਕ ਜਦੋਂ ਫੜੇ ਜਾਂਦੇ ਹੋ ਤਾਂ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਕਰ ਦਿੰਦੇ ਨੇ ਕਿ ਅਫਗਾਨਿਸਤਾਨ ਦਾ ਕਿਹੜਾ ਹੈ ਇਰਾਨ ਦਾ ਕਿਹੜਾ ਹਾਂਜੀ ਇੰਝ ਹੁੰਦਾ ਜੀ ਇੰਝ ਹੁੰਦਾ ਅੱਛਾ ਅਤੇ ਫਿਰ ਤੁਸੀਂ ਉਹ ਸੂਰੀਅਨ ਜਿਹੜੇ ਨੇ ਉਹਨਾਂ 'ਚ ਵੜ ਗਏ ਸੂਰੀਅਨ ਨਹੀਂ ਮਾਰਦੇ ਨਹੀਂ ਉਹਨਾਂ ਨੂੰ ਨਹੀਂ ਮਾਰਦੇ ਕਿਉਂ ਉਹਨਾਂ ਨੂੰ ਕਿਉਂ ਨਹੀਂ ਮਾਰਦੇ ਉਹਦੀ ਕੀ ਵਜ੍ਹਾ ਕਿਉਂ ਰਹਿ ਤੇ ਉਹਨਾਂ ਨੂੰ ਪਾਕਿਸਤਾਨੀ ਇੱਥੇ ਤੁਰਕੀ 2-3 ਗਲਤ ਕੰਮ ਕੀਤੇ ਨੇ ਉਸ ਵਜ੍ਹਾ ਤੋਂ ਨਫ਼ਰਤ ਕਰਦੇ ਨੇ ਵੀ ਤਦ ਵਾਸਤੇ ਉਹਨਾਂ ਨੂੰ ਮਾਰਦੇ ਨੇ ਠੀਕ ਹੈ ਨਹੀਂ ਤਾਂ ਇਹ ਵੀ ਤਾਂ ਤੁਸੀਂ ਗਲਤ ਹੀ ਕਰਦੇ ਹੋ ਨਹਿਰ ਟੱਪਣ ਦੀ ਕੋਸ਼ਿਸ਼ ਕਰਦੇ ਹੋ ਵਾਰ ਵਾਰ ਉਹਨਾਂ ਨਹਿਰ ਬਣਾਈ ਹੈ ਤੁਸੀਂ ਉੱਥੇ ਮਤਲਬ ਪੁਲ ਬਣਾਉਣਾ ਚਾਹੁੰਦੇ ਹੋ ਪੁਲ ਬਣ ਜੇ ਤਾਂ ਉਹ ਸਾਡੇ ਵਾਸਤੇ ਆਈ ਸੁੱਖ ਹੈ ਅੱਛਾ ਬਾਕੀ ਫਿਰ ਹੁਣ ਜਾਣਾ ਹੀ ਹੈ ਨਹਿਰ ਜਿੰਨੀ ਵਾਰੀ ਫਿਰ ਲਾ ਮਦਦ ਕਰਦਾ ਕਿਸੇ ਟਾਈਮ 'ਤੇ ਨਹਿਰ ਪੱਕੀ ਕ੍ਰਾਸ ਕਰ ਹੀ ਜਾਂਦੇ ਨੇ ਅੱਛਾ ਨਹਿਰ ਪੱਕੀ ਕ੍ਰਾਸ ਕਰਨ ਦਾ ਇਰਾਦਾ ਹੈ ਡਰ ਨਹੀਂ ਲੱਗਦਾ ਮਤਲਬ ਉਹ ਫੜ ਲੈਣਗੇ ਕੋਈ ਮਾਰਨਗੇ ਕੁੱਟਣਗੇ ਜਾਂ ਮਤਲਬ ਅੱਗੇ ਕੋਈ ਇਹੋ ਜਿਹਾ ਜੰਗਲਾਂ ਦੇ ਵਿੱਚੋਂ ਦੀ ਤੁਸੀਂ ਲੰਘ ਕੇ ਜਾਂਦੇ ਹੋ ਤਾਂ ਡਰ ਨਹੀਂ ਆਉਂਦਾ ਕੋਈ ਦਰਿੰਦਾ ਖਾ ਜੇ ਨਹੀਂ ਉਹ ਕੋਈ ਨਹੀਂ ਉਹ ਫਿਰ ਜਿਵੇਂ ਕਿਸਮਤ 'ਚ ਲਿਖਿਆ ਹੋਣਾ ਤਾਂ ਫਿਰ ਉਂਝ ਹੀ ਹੁੰਦਾ ਭਾਵੇਂ ਜਿਵੇਂ ਵੀ ਬੰਦਾ ਆਉਣਾ ਕਿ ਮੈਂ ਕਮਰੇ 'ਚ ਬਹਿ ਜਾਂ ਤਾਂ ਮੇਰੀ ਮੌਤ ਨਾ ਆਵੇ ਜਦੋਂ ਮੌਤ ਹੋਣੀ ਹੋ ਤਾਂ ਫਿਰ ਹੋਣੀ ਹੈ ਭਾਵੇਂ ਜਿਸ ਤਰੀਕੇ ਨਾਲ ਦਿਲ ਲੱਗੇ ਆਹੋ ਪੁੱਤਰ ਮੌਤ ਜਿਹੜੀ ਇਹ ਕਮਰੇ 'ਚ ਆਵੇ ਤਾਂ ਉਹ ਵੱਖਰੀ ਗੱਲ ਹੈ ਹੁਣ ਪਾਣੀ ਦੇ ਵਿੱਚ ਮਗਰਮੱਛ ਚੱਕ ਮਾਰ ਲਏ ਤਾਂ ਉਹ ਵੱਖਰੀ ਗੱਲ ਹੈ ਮਤਲਬ ਵੇਖੋ ਨਾ ਮੌਤ ਵੀ ਤਾਂ ਪੁੱਤਰ ਹਰ ਬੰਦਾ ਦੁਆ ਕਰਦਾ ਕਿ ਯਾ ਅੱਲਾ ਯਾ ਮੇਰੇ ਮਾਲਕ ਜ਼ਿੰਦਗੀ ਦਾ ਇਖਤਤਾਮ ਜਿਹੜਾ ਹੈ ਇਹ ਵੀ ਅੱਛੇ ਤਰੀਕੇ ਨਾਲ ਕਰੀ ਮੈਂ ਜਿਉਂਦਾ ਹੀ ਅੱਛੇ ਤਰੀਕੇ ਨਾਲ ਨਾ ਰਵਾਂ ਵਾਇੰਡ ਅਪ ਜਿਹੜਾ ਵੇਖੋ ਅਖੀਰ ਅੱਛਾ ਹੋਣਾ ਚਾਹੀਦਾ ਅਗਰ ਕਿਸੇ ਬੰਦੇ ਦਾ ਵੀ ਪੁੱਤਰ ਅਖੀਰ ਅੱਛਾ ਨਾ ਹੋਵੇ ਤਾਂ ਫਿਰ ਉਹਦੀ ਮਤਲਬ ਉਹ ਜ਼ਿੰਦਗੀ ਜਿਹੜੀ ਸਾਰੀ ਉਹ ਕਿੱਥੇ ਗਈ ਜਾਣਾ ਨਹੀਂ ਜੇ ਦੂਸਰੇ ਤਰੀਕੇ ਨਾਲ ਚਾਹੀਦਾ ਪਰ ਜਿੰਨਾ ਵਾਸਤੇ ਨਾ ਉਹ ਤਰੀਕਾ ਫਿਰ ਇਹਦਾ ਠੀਕ ਹੀ ਹੈ ਇਸ ਤਰ੍ਹਾਂ ਫਿਰ ਬੰਦਾ ਟੋਰ ਦੇ ਅੱਛਾ ਤਾਂ ਤੁਹਾਨੂੰ
देखो ये तो पाकिस्तान का भी कोई अख्तियार नहीं क्योंकि ये एक लहदा कंट्री है, उन्हें वीज़ा देना वो मर्जी है, नहीं मर्जी उन्होंने कवानीन ने ना उन्होंने असी फॉलो करना है। मतलब मैं तुर्की आया उन्होंने मेरे को किनिया रिक्वायरमेंटा मंगिया ने मैं उन्होंने दिखाई ने उन्होंने देखे है कि भाई बंदा जैनवन है या उन्होंने जी रिक्वायरमेंट से जो जो उन्होंने डिमांड किया तो मैं पूरा उतरिया उन्होंने मैं वीज़ा देता और 24 घंटे मैं वीज़ा मिल गया। तो सानू कोशिश करनी चाहिए मतलब असं जल्दी दिल छड़ जाने और असं जो आसान और शार्टकट रस्ता है तो शार्टकट रस्ता हमेशा नुकसान दे ज़्यादातर नुकसान दे हुंदा है, कुछ लोगों को फायदा हुंदा है। जिस तरह के लोग जुआ खेडते हैं वो जुए च कोई एक बंदा जित जाता है बाकी सारे बंदे ही हार के जाते हैं। इस तरह ही मेरा ख्याल है कि मैं तो इत्थे दा यही सिस्टम देख रहा तो यही सिलसिला है। या मैं ट्राई किया है सी भाई एयर दा अच्छा पर वो हिसाब किताब नहीं लगा फिर इस तरह आया उन्नी बारी राज बंदे राज मरे भी ने नाल ऑफ भी हुंदा सी पर एक मंजिल पानी सी उस जदों आए हो रस्ते जो तुहाडे नाल तुहाडे ग्रुप चो बंदे मरे जेडे नाल वही और ग्रुप अपना साडे विच वे कोई भी नहीं सी मरिया जेडे और मुड़े आए सन ना और नाल उहनां च मरे सन दो त्रै। किन्ने कूड़े मर गए सन? दो मुड़े सन। तो किस तरह मरे सन? एक पानी की वजह पागल हो गया सी पानी उस टाइम किसी को भी नहीं सी है उन्होंने पानी नहीं सी लगता पागल हो गया सी प्यास ना पागल हो गया जी प्यास ना पागल हो गया सी कभी किसी ने पत्थर मार कभी किसी ने और फिर उत्थे सड़क से छाड़ता फिर उत्थे मार गया सी सड़क ओ हो तो दूसरा मुड़ा जड़ा दूसरा मुड़ा एक पहाड़ी तो डिग गया सी। अच्छा रस्ते च मतलब जो पैदल आते तो फिर पहाड़ियाँ चढ़ के आते जी पहाड़ियाँ चढ़ के आने तो वो जो पहाड़ियाँ चढ़ते हो तो मतलब किन्ने दिन टुरते रहते हो उतो जो आते हो बुद्धा टुरना ही होंगे जितों भाई प्लस एडा खास हतरा ना ना हो फिर गड्डी बहा के लै जाते हैं। ठीक है तो किन्ने दिन टुरते रहते हो? मीन तो 12 दिन लगे तो इतने आने इस्तंबोल पाकिस्तान चल के राह टुर जा भी रवि गड्डी ते बाल सन दिन भाई अद्धा बहुता दिन टुरना है अद्धा दिन उन्हें जड़ा नहीं ते जो रात पै जाती सफर जारी रखते हो कि सौंदे भी हो रात सौवींदा सी राह सौवींदा भी सी पर नहीं तो सौंदे कितने हो सौंदे ही नहीं जंगलों में ही जमीन ते ही जी पहाड़ियों में तो खाते की हो खाते जे अपने पक्षों नाल छावान आदि ने चने हो गए खजूर हो गई इन छव मतलब चने के खजूर 10-12 दिन जड़े ने चने और खजूर ही कड़ने जी हाँ वही कड़ने तो पानी फिर जड़ा है मतलब वो मुक जाता तो फिर की करते हो पानी रात चश्मे वगैरह आते हैं तो उतू भरीद पानी चश्मे तो पानी भर लेंगे जी हाँ तो की हूँ फिर जे होर बंदे आना चाहते ने मतलब वो पहुँचना चाहते ने यूरोप इस राही उन्होंने की कहोगे? असी तो आखेंगे भी ना वो मैं आह पाँच सन मेरे मामू इतने आने सन आह पाँच सन ना मैं सन तुम नहीं आते पर हूँ इतने आके आपे पता चलिया कि जरा नहीं नहीं इस तरह आना चाहिए ऐरा नहीं ठीक है दूसरा दुबई वाल टोर जो सैड से टोर जो नादरीन साढ़े वास्ते एक बड़ा वाला सबक है बड़ा वाला मैसेज है इतने बच्चे मैं मिले ने इन्हों की उम्र देखो तुम और अपनी मंजिल नूं पाउण वास्ते बेताब ने मंजिल की आरजू होनी चाहिए है उहदी खिच होनी चाहिए है खैर जिंदगी का रिस्क जिहड़ा है उहने लैणा चाहिए और गैर कानूनी रस्ता जिहड़ा अख्तियार नहीं करना चाहिए। खैर जिहड़े लोग आना चाहते ने वह भी देख लैण कि किहड़ियां किहड़ियां मतलब जिहड़े सिलसिले ने उहनां चों इह गुजरदे ने ते जिंदगी खुदा दा बड़ा अनमोल तोहफा है बड़ा बेहतरीन तोहफा है करोड़ां और अरबां रुपया नाल एक साह नहीं खरीदया जा सकता एक नहुं नहीं खरीदया जा सकता एक उंगल का पोटा नहीं खरीदया जा सकता। बाकी तुसी इस बारे च अपनी राय देना कमेंट्स देना कितना खतरनाक खेल है कित्थों 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 तो मेरा ख्याल है कि जो रब का वादा है कि जी जिंदगी साड़ी होंगी असं कहने साडा कमाल है असी जंगल चों निकल आए हैं असी पानी चों निकल आए हैं असी पहाड़ी चढ़ के भी आ गए हैं साढ़े तो गोलियां भी चलिया ने सानू वजी नहीं हालांकि उस साडा कोई कमाल नहीं होंदा ऐसी नहीं गल असी उन्हों अगर किस्मत ना नथी करिए तो फिर भी ये गल गलत है कि साड़ी किस्मत सी तो असी इंज हो गए नहीं नहीं नहीं
ਉਹ ਅੱਲਾ ਰੱਬੁਲ ਇੱਜ਼ਤ ਨੇ ਜਿਹੜਾ ਵਾਅਦਾ ਕੀਤਾ ਨਾ ਕਿ ਜ਼ਿੰਦਗੀ ਔਰ ਮੌਤ ਮੇਰੇ ਹੱਥ 'ਚ, ਰਿਜ਼ਕ ਵੀ ਮੇਰੇ ਹੱਥ 'ਚ, ਕਿਉਂਕਿ ਰਿਜ਼ਕ ਦੇਣ ਵਾਲੀ ਵੀ ਅੱਲਾ ਦੀ ਜ਼ਾਤ ਹੈ, ਜ਼ਿੰਦਗੀ ਮੌਤ ਇੱਜ਼ਤ ਜ਼ਿਲਤ ਇਹ ਸਾਰਾ ਕੁਛ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਇਨਸਾਨ ਦੇ ਇਖਤਿਆਰ 'ਚ ਨਹੀਂ, ਅੱਲਾ ਰੱਬੁਲ ਇੱਜ਼ਤ ਦੇ ਇਖਤਿਆਰ 'ਚ ਨੇ। ਇਸ ਗੱਲ ਨੂੰ ਸਾਨੂੰ ਸਮਝਣਾ ਹੋਏਗਾ ਔਰ ਸਾਨੂੰ ਚਾਹੀਦਾ ਅਸੀਂ ਜਿਹੜਾ ਕੋਈ ਅੱਛਾ ਮੈਸੇਜ ਦੋਸਤਾਂ ਨੂੰ ਦਈਏ। ਮੇਰਾ ਵੀਡੀਓ ਦਾ ਮਕਸਦ ਸਿਰਫ ਇੰਨਾ ਕਿ ਜਿਹੜੇ ਆਉਣ ਵਾਲੇ ਲੋਕ ਨੇ ਉਹ ਦੇਖ ਲੈਣ ਕਿੰਨੀਆਂ ਦੁਸ਼ਵਾਰੀਆਂ ਨੇ, ਔਰ ਤੁਸੀਂ ਦੇਖੋ ਕਿੰਨੇ ਕੁ ਲੋਕ ਕਾਮਯਾਬ ਹੋਏ ਨੇ। ਕੋਈ ਇੱਥੇ 1.5 ਸਾਲ ਤੋਂ ਬੈਠਾ, ਕੋਈ 2 ਸਾਲ ਤੋਂ ਬੈਠਾ, ਕੋਈ 3 ਸਾਲ ਤੋਂ ਬੈਠਾ, ਔਰ ਟਰਾਈਆਂ ਜਾਰੀ ਨੇ। ਰੋਜ਼ਾਨਾ ਮੌਤ ਦੇ ਨਾਲ ਅੱਡਾ, ਮੌਤ ਦੇ ਨਾਲ ਤਮਾਸ਼ਾ। ਅੱਲਾ ਤਾਲਾ ਇਹਨਾਂ ਵਾਸਤੇ ਆਸਾਨੀਆਂ ਫਰਮਾਏ ਔਰ ਜਿਹੜਾ ਸਿੱਧਾ ਰਸਤਾ ਹੈ ਇਹਨਾਂ ਨੂੰ ਉਹ ਦਿਖਾਏ, ਔਰ ਇਹ ਵੀ ਉਹਦੇ 'ਤੇ ਚੱਲ ਪੈਣਾ। ਅੱਲਾ ਇਹਨਾਂ ਦਾ ਹਾਮੀ ਔਰ ਨਾਸਰ ਹੋਵੇ। ਇਹ ਮਾਵਾਂ ਦੇ ਪੁੱਤਰ ਨੇ ਔਰ ਪਿਓਵਾਂ ਦੇ ਪੁੱਤਰ ਨੇ, ਇਹਨਾਂ ਦੇ ਮਾਂ ਬਾਪ ਇਹਨਾਂ ਲਈ ਜ਼ਰੂਰ ਪਰੇਸ਼ਾਨ ਹੋਣਗੇ, ਔਰ ਅੱਲਾ ਤਾਲਾ ਉਹਨਾਂ ਨੂੰ ਵੀ ਸਬਰ ਦੇ ਔਰ ਇਹਨਾਂ ਨੂੰ ਜਿਹੜਾ ਕਾਮਯਾਬੀ ਦਾ ਰਸਤਾ ਉਹ ਦੇ ਦੇਵੇ ਜਿਹੜਾ ਸਿੱਧਾ। ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ। ਪਾਕਿਸਤਾਨ ਜ਼ਿੰਦਾਬਾਦ।